ਬਹੁਤ ਬਹੁਤ ਧੰਨਵਾਦ ਸਾਡੇ ਕਾਲੇ ਸੂਰਾਪੁਰੀ ਦੇ ਡੈਡੀ ਜੀ ਜਿਹਨਾਂ ਦੇ ਵੱਲੋਂ 41,000 ਰੁਪਏ ਦਾ ਮਾਣ ਪ੍ਰਬੰਧਕ ਕਮੇਟੀ ਨੂੰ ਖੇਡ ਮੇਲੇ ਦੇ ਵਾਸਤੇ ਤੇ ਦੋਨੇ ਟੀਮਾਂ ਦੇ ਵਾਸਤੇ ਵੀ 100 ਰੁਪਇਆ ਭੇਜਿਆ ਗਿਆ। ਉੱਥੇ ਸਰਦਾਰ ਸਰਵਣ ਸਿੰਘ ਜੀ ਬਾਜਵਾ ਮੇਰੇ ਵਾਸਤੇ ਵੀ 200 ਰੁਪਇਆ ਭੇਜਦੇ ਨੇ ਅਤੇ ਬਿੰਦਰ ਢਿੱਲੋ ਜੀ ਇਡਲੀ ਵਾਲੇ ਉਹਨਾਂ ਦਾ ਵੀ ਧੰਨਵਾਦ ਹੈ, ਉਹ ਵੀ 100 ਰੁਪਇਆ ਭੇਜਦੇ ਨੇ, ਬੋਲਾਂ ਦਾ ਮਾਣ ਕਰਦੇ ਨੇ। ਨਾਲ ਹੀ ਮੈਂ ਧੰਨਵਾਦ ਕਰਦਾ ਪਰਮਜੀਤ ਮਹਿਤਾ ਜੀ, ਉਹਨਾਂ ਦੇ ਵੱਲੋਂ 100 ਰੁਪਇਆ ਭੇਜਿਆ ਗਿਆ, ਬਹੁਤ ਬਹੁਤ ਧੰਨਵਾਦ। ਤੇ ਹਾਫ ਸਮੇਂ ਤੋਂ ਬਾਅਦ ਹੁਣ ਪਾਸੇ ਜਿਹੜੇ ਖੇਡ ਮੈਦਾਨ ਦੇ ਵਿੱਚ ਬਦਲੇ ਗਏ ਨੇ, ਸਾਈਡਾਂ ਚੇਂਜ ਹੋ ਗਈਆਂ ਤੇ ਦੇਖਦੇ ਵੀ ਮੈਚ ਦਾ ਰੁੱਖ ਚੇਂਜ ਹੁੰਦਾ ਜਾਂ ਨਹੀਂ ਹੁੰਦਾ, ਕਿਉਂਕਿ 3 ਨੰਬਰਾਂ ਦਾ ਫਰਕ ਲਗਭਗ ਮੈਚ ਬਰਾਬਰ ਚੱਲ ਰਿਹਾ ਸੀ ਤੇ ਲਓ ਖੇਡ ਮੈਦਾਨ ਦੇ ਵਿੱਚ ਹੁਣ ਮੰਗੇ ਲਾ ਕੇ ਦਾ ਕੀ ਫੈਸਲਾ। ਇਸ ਵੇਲੇ ਖੇਡ ਮੈਦਾਨ ਦੇ ਵਿੱਚ ਦੋਨੇ ਖਿਡਾਰੀ ਅਪੀਲ ਕਰਦੇ ਆ ਵੀ ਆਹ ਨੰਬਰ ਮੇਰਾ, ਉਹ ਨੰਬਰ ਮੇਰਾ ਤੇ ਪੁਆਇੰਟ ਮੰਗੇ ਨਾਲ ਜੀ ਲੰਬੀ ਬਾਹ ਕੱਢੋ ਤੇ ਉਹ ਨੰਬਰ ਕਿੱਧਰ ਹੈ ਨੰਬਰ, ਕਹਿੰਦੇ ਇਸ ਵੇਲੇ ਕੁਲਾਰਾ ਦੀ ਟੀਮ ਦੇ ਹਿੱਸੇ ਆ, 1 ਅੰਕ ਦਾ ਵਾਧਾ ਹੋ ਗਿਆ ਕੁਲਾਰਾ ਦੇ ਵਾਸਤੇ। ਤੇ ਦੂਜੇ ਪਾਸੇ ਕੁਲਾਰਾ ਦੀ ਟੀਮ ਦੇ ਵੱਲੋਂ ਸਾਹਮਣੇ ਪਾਈ ਹੋਈ ਕਬੱਡੀ ਨੌਜਵਾਨ ਦੀ ਫਤਿਹ ਕਲਾਂ ਦੀ ਟੀਮ ਦੇ 4 ਜਾਫੀਆਂ ਤੇ ਧਾਵਾ ਬੋਲਿਆ ਬਚਿੱਤਰ ਨਾਮ ਨੌਜਵਾਨ ਦਾ, ਪਰ ਕਾਮਯਾਬ ਨਹੀਂ ਹੋਇਆ ਬਚਿੱਤਰ, ਪੁਆਇੰਟ ਦਾ ਵਾਧਾ ਹੋ ਗਿਆ ਐਤ ਵੇਲੇ ਪੱਤਣ ਕਲਾਂ ਦੀ ਟੀਮ ਦੇ ਲਈ, 1 ਅੰਕ ਹੋਰ ਜੁੜਦਾ ਹੋਇਆ ਕਿ ਵਰਲਡ ਕੱਪ ਨੇ ਝੋਲੀਆਂ ਭਰੀਆਂ ਮੈਂ ਵੇਖਿਆ ਹੋ ਕੇ ਨੇੜੇ, ਖਾਲੀ ਹੱਥ ਨਾ ਕੋਈ ਵੀ ਮੁੜਦਾ, ਖੇਡਣ ਆਉਂਦੇ ਜਿਹੜੇ ਜਿਹੜੇ ਖੇਡ ਸਾਡੀ ਓਲੰਪਿਕ ਦੇ ਵਿੱਚ ਜਾਊ, ਕਹਿੰਦੇ ਲੋਕ ਸਿਆਣੇ ਕਬੱਡੀ ਕੋਹੇ ਨੂਰ ਹੋ ਗਈ, ਇਹਨੂੰ ਕੋਈ ਕੌਡੀ ਨਾ ਜਾਣੇ, ਕਬੱਡੀ ਕੋਹੇ ਨੂਰ ਹੋ ਗਈ ਇਹਨੂੰ ਕੋਈ ਕੌਡੀ ਨਾ ਜਾਣੇ। ਜਿਹੜੇ ਜਿਹੜੇ ਖਿਡਾਰੀਆਂ ਨੇ ਵਰਲਡ ਕੱਪ ਦੇ ਵਿੱਚ ਭਾਗ ਲਿਆ ਕਹਿੰਦੇ ਵੀ 12 ਨਿਆਰੇ ਹੋ ਗਏ ਨੇ, ਬਾਦਲ ਸਰਕਾਰ ਨੇ ਝੋਲੀਆਂ ਭਰ ਕੇ ਇਨਾਮ ਦਿੱਤੇ ਆ, ਨਹੀਂ ਤਾਂ ਉਧਰ ਕਲਜੀਤਾ ਮਲਸੀਆ ਪਿੰਡ ਦਾ ਪਹਿਲੀ ਵਾਰੀ ਵਰਲਡ ਕੱਪ ਖੇਡਿਆ ਇਟਲੀ ਦੇ, ਕੈਨੇਡਾ ਦੀ ਟੀਮ ਵੱਲੋਂ ਇਟਲੀ ਦੇ ਖਿਲਾਫ ਕਹਿੰਦੇ ਵੀ ਪੂਰੀ ਬੱਲੇ ਬੱਲੇ ਕਰਾਈ ਨੌਜਵਾਨ ਨੇ, ਤੇ ਡਾਇਰੈਕਟਰ ਸਵਰਾਜ ਸਿੱਧਾ ਮਲਸੀਆਂ ਨੂੰ ਲੈ ਗਿਆ, ਘਰ ਨੂੰ ਲੈ ਗਿਆ ਟਰੈਕਟਰ, ਨਾਲ ਹੀ ਬੱਗੇ ਪਿੰਡ ਦਾ ਮੰਗੀ 2 ਵਾਰ ਟਰੈਕਟਰ ਜਿੱਤਣ ਦੇ ਕਾਮਯਾਬ ਹੋਇਆ, ਤੇ 2 ਵਾਰ ਗੱਗੀ ਖੀਰਾਮਾਲ ਦੀ ਧਰਤੀ ਦਾ ਜੰਪਲ 2 ਵਾਰ ਕਾਮਯਾਬ ਹੋਇਆ ਟਰੈਕਟਰ ਜਿੱਤਣ ਦੇ ਵਿੱਚ, ਹਠੂਰ ਵਾਲਾ ਏਕਮ 1 ਵਾਰ ਤੇ ਜਲਾਲਪੁਰ ਦਾ ਪਾਲਾ 1 ਵਾਰ ਤੇ ਬੱਗੇ ਪਿੰਡ ਦਾ ਦੁੱਲਾ 1 ਵਾਰ ਕਾਮਯਾਬ ਹੋਇਆ ਟਰੈਕਟਰ ਜਿੱਤਣ ਦੇ ਲਈ। ਕਹਿੰਦੇ ਵੀ ਮਾਣ ਮਿਲਿਆ ਇਹਨਾਂ ਖਿਡਾਰੀਆਂ ਨੂੰ, ਉੱਥੇ ਕਦੇ ਅਲਟੋ ਗੱਡੀਆਂ ਕਦੇ ਮੋਟਰਸਾਈਕਲ ਕਦੇ ਕਹਿੰਦੇ ਵੀ ਸਫਾਰੀਆਂ ਦਿੱਤੀਆਂ ਜਾਂਦੀਆਂ ਇਹਨਾਂ ਖਿਡਾਰੀਆਂ ਨੂੰ, ਐਵੇਂ ਨਹੀਂ ਗੱਲ ਹੋਈ ਕਬੱਡੀ ਦੀ, ਕਹਿੰਦੇ ਵੀ ਅੰਬਰਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਡਾਲਰ ਪੌਂਡਾਂ ਦੀ ਖੇਡ ਬਣਾ ਦਿੱਤੀ ਨੌਜਵਾਨ ਇਹਨਾਂ ਦੇ ਵੀਰਾਂ ਨੇ। ਅੱਜ ਕਹਿੰਦੇ ਵੀ ਹਰ ਇੱਕ ਖਿਡਾਰੀ ਦਾ ਮਾਣ ਸਨਮਾਨ ਹੁੰਦਾ, ਚਾਹੇ ਖਿਡਾਰੀ ਛੋਟਾ ਹੋਵੇ ਚਾਹੇ ਕੋਈ ਵੱਡਾ ਹੋਵੇ, ਚਾਹੇ ਮੋਟਰਸਾਈਕਲ ਦਿੱਤਾ ਜਾਵੇ ਚਾਹੇ ਮੋਟਰ ਗੱਡੀਆਂ, ਮਾਣ ਸਨਮਾਨ ਜ਼ਰੂਰ ਕੀਤਾ ਜਾਂਦਾ, ਕਿਉਂਕਿ ਇਹ ਖੇਡ ਕਬੱਡੀ ਹੁਣ ਕਹਿੰਦੇ ਵੀ ਡਾਲਰ ਪੌਂਡਾਂ ਦੀ ਕਬੱਡੀ ਬਣ ਗਈ ਹੈ। ਲਓ ਚੱਲਦਾ ਹੋਇਆ ਮੈਚ ਇਸ ਵੇਲੇ ਖੇਡ ਮੈਦਾਨ ਦੇ ਵਿੱਚ, ਆ ਪੋਲਾ ਨੌਜਵਾਨ ਬੱਚੋਵਾਲ ਦੀ ਟੀਮ ਦੇ ਵੱਲੋਂ ਖੇਡਦਾ ਨੌਜਵਾਨ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਅਧੀਨ ਇਸ ਵੇਲੇ ਯਤਨ ਕਰ ਰਿਹਾ ਜਫਾ ਲਾਉਣ ਦੇ ਲਈ, ਕਾਮਯਾਬੀ ਨਹੀਂ ਪ੍ਰਾਪਤ ਕਰ ਸਕਿਆ, ਪੁਆਇੰਟ ਦਾ ਵਾਧਾ ਹੋ ਗਿਆ ਇਸ ਵੇਲੇ ਪੱਤਰ ਕਲਾ ਦੀ ਟੀਮ ਦੇ ਲਈ। ਚੱਲ ਭਿੰਦਿਆ ਪਾ ਕਬੱਡੀ ਖੇਡ ਮੈਦਾਨ ਦੇ ਵਿੱਚ, ਭਿੰਦਾ ਇਸ ਵੇਲੇ ਕੁਲਾਰਾ ਦੀ ਧਰਤੀ ਦਾ ਫਿਰ ਪਾਉਂਦਾ ਹੋਇਆ ਕਬੱਡੀ, ਭਾਰੀ ਜੁੱਸਾ ਨੌਜਵਾਨ ਦਾ ਕਿ ਸੀ ਬਲਵਿੰਦਰ ਫਿੱਡੂ ਘੋੜਾ ਲੰਮੀ ਪਾਰੀ ਦਾ, ਨਾਲ ਠਰੰਬੇ ਖੇਡੇ ਕਾਕਾ ਕਾਰੀ ਸਾਰੀ ਦਾ, ਲੱਖਾਂ ਦੀ ਗੱਲ ਕਰਦਾ ਗਾਜੀਪੁਰ ਦਾ ਲੱਖਾ ਜੀ, ਖਾਲੀ ਹੱਥ ਗੁਰ ਨਾਨਕ ਦੇ ਨਾ ਪਿੱਛੇ ਮੁੜਦਾ ਜੀ, ਕਿ ਬਾਜੇ ਖਾਨੇ ਜਿਵੇਂ ਅਸੀਂ ਹਰਜੀਤ ਬਰਾੜਾ ਦੇ ਖੇਡਣ ਜੋਰਾਂ ਨਾਲ ਕਬੱਡੀ ਪੁੱਤ ਸਰਦਾਰਾਂ ਦੀ ਜੋਰ
ਉਹਦੇ ਨਾਲ ਪਿੰਡਾਂ ਨੰਬਰ ਲੈ ਗਿਆ। ਜਾਫੀ ਵੀ ਚੁਸਤ ਚਲਾਕ ਪਰ ਜ਼ੋਰ ਇਸ ਵੇਲੇ ਕੰਮ ਕਰ ਗਿਆ ਖੇਡ ਮੈਦਾਨ ਦੇ ਵਿੱਚ। ਬਹੁਤ ਸੋਹਣੀ ਖੇਡ ਪਿੰਡੇ ਨੌਜਵਾਨ ਦੀ, ਕਲਾਰਾਂ ਦੀ ਧਰਤੀ ਜਿੱਥੋਂ ਦਾ ਜਲਸਾ ਕਹਿੰਦੇ ਵੀ ਬਹੁਤ ਵਧੀਆ ਜਾਫੀ ਹੈ। ਪਰ ਅਗਲਾ ਮੈਚ ਬਦੋਵਾਲ ਕਬੱਡੀ ਕਲੱਬ ਲੁਧਿਆਣਾ ਵਰਸਿਜ ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਨਕੋਦਰ, ਇਹ ਦੋਨੇ ਟੀਮਾਂ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਪਹੁੰਚਣ। ਅਗਲਾ ਮੈਚ ਖੇਡਿਆ ਜਾਵੇਗਾ ਇਹਨਾਂ ਦੋਨੇ ਟੀਮਾਂ ਦੇ ਵਿਚਕਾਰ, ਬਦੋਵਾਲ ਵਰਸਿਜ ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਨਕੋਦਰ, ਟੀਮਾਂ ਖੇਡ ਮੈਦਾਨ ਦੇ ਲਾਗੇ ਪਹੁੰਚਣ। ਕੁਲਜੀਤਾ ਮੁਲਸੀਆ ਇੰਟਰਨੈਸ਼ਨਲ ਕਬੱਡੀ ਖਿਡਾਰੀ ਸਾਡੇ ਵਿਚਾਰ ਪਹੁੰਚਿਆ, ਇਸ ਨੂੰ ਜੀ ਆਇਆਂ ਆਖਦੇ ਹਾਂ, ਅਤੇ ਬੇਨਤੀ ਕਰਦੇ ਹਾਂ ਕਿ ਪਲੀਜ਼ ਸਟੇਜ 'ਤੇ ਆਇਆ ਕੁਲਜੀਤਾ ਮੁਲਸੀਆ। ਗੁਰਜੀਤ ਸਿੰਘ ਮਲਸੀਆ ਬਣਦਾ ਕਹਿੰਦੇ ਵੀ ਪਰਮਜੀਤ ਸਿੰਘ ਦਾ ਸਪੁੱਤਰ, ਜਿਸ ਨੌਜਵਾਨ ਦੀ ਪਹਿਲਾਂ ਗੱਲ ਕੀਤੀ ਬਈ 78 ਕਬੱਡੀਆਂ ਪਾ ਕੇ ਬਹਿਜਾ ਬਹਿਜਾ ਕਰਾ ਦਿੱਤੀ, ਵਰਲਡ ਕੱਪ ਦਾ ਜੇਤੂ ਹੈ ਖਿਡਾਰੀ, ਕਦੇ ਕੈਨੇਡਾ ਦੇ ਵਿੱਚ ਕਦੇ ਇੰਗਲੈਂਡ ਦੇ ਵਿੱਚ ਸੀਜ਼ਨ ਦਾ ਉੱਤਮ ਜਾਫੀ ਬਣਦਾ ਧਾਵੀ ਬਣਦਾ। 2006 ਦੇ ਵਿੱਚ ਪਹਿਲੀ ਵਾਰ ਕਹਿੰਦੇ ਇੰਗਲੈਂਡ ਦੀ ਧਰਤੀ ਦੇ ਬੜਵੀਂ ਗੰਮ ਦੇ ਲਈ ਖੇਡਿਆ, ਕਹਿੰਦੇ ਵੀ ਸੀਜ਼ਨ ਦਾ ਉੱਤਮ ਧਾਵੀ ਰਿਹਾ। ਮਾਣ ਮਿਲਿਆ ਨੌਜਵਾਨ ਨੂੰ ਉੱਤਮ ਧਾਵੀ ਹੋਣ ਦਾ, ਸੀਜ਼ਨ ਦੇ ਨੰਬਰ 1 ਖਿਡਾਰੀ ਦਾ। ਉਸ ਤੋਂ ਬਾਅਦ 2007, 2008 ਤੇ 2009 ਤਿੰਨ ਵਾਰ ਲਗਾਤਾਰ ਕੈਨੇਡਾ ਦੇ ਖੇਡ ਸੀਜ਼ਨ ਦਾ ਉੱਤਮ ਧਾਵੀ ਰਿਹਾ। 10 ਦੇ ਵਿੱਚ ਸੱਟ ਲੱਗ ਕੇ ਨਹੀਂ ਖੇਡਿਆ, ਫਿਰ 11 ਤੇ 12 ਦਾ ਵੀ ਇਹ ਬਿਹਤਰੀਨ ਖਿਡਾਰੀ ਰਿਹਾ। ਵਰਲਡ ਕੱਪ ਦੇ ਵਿੱਚ ਟਾਈਟਲ ਜਿੱਤਣ ਦਾ ਮਾਣ ਹਾਸਲ ਕੀਤਾ, ਕਦੇ ਲਿੱਤਰਾਂ ਦੇ ਵਿੱਚ ਸਫਾਰੀ, ਕਦੇ ਚੈੜੀਆ ਦੇ ਕਬੱਡੀ ਕੱਪ ਦੇ ਵਿੱਚ ਬੁਲਟ ਮੋਟਰਸਾਈਕਲ, ਇਸ ਨੌਜਵਾਨ ਨੂੰ ਮਾਣ ਦਿੱਤਾ। ਕਦੇ 1,25,000 ਦੀਆਂ ਕਬੱਡੀਆਂ ਪਾਉਣ ਦਾ ਮਾਣ ਹੈ ਇਸ ਨੌਜਵਾਨ ਨੂੰ। ਕੁਲਜੀਤ ਸਿੰਘ ਮਲਸੀਆ ਪਿੰਡ ਸਰੀ ਦੇ ਵਿੱਚ ਵਸਿਆ ਹੋਇਆ ਇਹ ਨੌਜਵਾਨ ਅੱਜ ਕਹਿੰਦੇ ਉੱਚੇ ਤੌਰ ਤੇ ਬਜਵਾ ਦੀ ਧਰਤੀ ਤੇ ਪੁੱਜਾ, ਧੰਨਵਾਦ ਕਰਦੇ ਹੈ ਇੱਥੇ ਪਹੁੰਚਣ ਦੇ। ਨਿੰਗਾ ਜੀ ਆਇਆ ਕੁਲਜੀਤਾ ਮਲਸੀਆ ਬਣਦਾ ਕਬੱਡੀ ਦਾ ਮਹਾਨ ਧਾਵੀ, ਖੇਡ ਮੈਦਾਨ ਦੇ ਵਿੱਚ ਜਦੋਂ ਖੇਡਦਾ ਪੂਰੀ ਪੱਲੇ ਪੱਲੇ, ਤੇ ਅੱਜ ਕਹਿੰਦੇ ਬਈ ਜਿੰਨਾ ਚਿਰ ਕਬੱਡੀ ਰਹੇਗੀ ਸਰੀ ਅੱਖਰਾਂ ਦੇ ਨਾਲ ਨਾਮ ਲਿਖਿਆ ਰਹੇਗਾ ਇਸ ਨੌਜਵਾਨ ਦਾ। ਟੀਵੀ ਮੈਗਜ਼ੀਨਾਂ ਤੇ ਫੋਟੋਆਂ ਤੇਰੀਆਂ ਸਜੀਆਂ ਪਈਆਂ ਨੇ, ਗੱਡੀਆਂ ਉੱਤੇ ਨਾਮ ਤੇਰਾ ਲਿਖਵਾ ਲਿਆ ਗਈਆਂ ਨੇ, ਤੇਰੀ ਚੜ੍ਹਤ ਨਿਰਾਲੀ ਗੱਭਰੂ ਹੋਰ ਹਜ਼ਾਰਾਂ ਨੇ, ਕਿ ਤੂੰ ਹੀ ਨੰਬਰ 1 ਹੈਕਲ ਜਿੱਤਿਆ ਵਿੱਚ ਸੁਪਰ ਸਟਾਰਾਂ ਦੇ, ਕਿ ਤੂੰ ਹੀ ਨੰਬਰ 1 ਹੈਕਲ ਜਿੱਤਿਆ ਵਿੱਚ ਸੁਪਰ ਸਟਾਰਾਂ ਦੇ, ਕਿ ਇਸ ਖੇਡ ਨੂੰ ਮਿੱਤਰਾ ਦਿਲੋਂ ਨਾ ਕੱਢੀ, ਮਿਹਨਤ ਦਾ ਕਦੇ ਹੱਥ ਨਾ ਛੱਡੀ, ਮਾਣ ਰੱਖੀ ਉਹਨਾਂ ਦਾ ਜਿਨ੍ਹਾਂ ਪਾਲਿਆ ਨਾਲ ਦੁਲਾਰਾਂ ਦੇ, ਕਿ ਤੂੰ ਹੀ ਨੰਬਰ 1 ਹੈ ਮਿੱਤਰਾ ਅੱਜ ਵਿੱਚ ਸੁਪਰ ਸਟਾਰਾਂ ਦੇ, ਕਿ ਤੂੰ ਹੀ ਨੰਬਰ 1 ਹੈ ਮਿੱਤਰਾ ਵਿੱਚ ਸੁਪਰ ਸਟਾਰਾਂ ਦੀ। ਅਗਲੀਆਂ ਟੀਮਾਂ ਮੈਂ ਬੇਨਤੀ ਕਰਦਾ, ਬਦੋਵਾਲ ਕਬੱਡੀ ਕਲੱਬ ਲੁਧਿਆਣਾ ਅਤੇ ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਨਕੋਦਰ, ਜਲਦੀ ਤੋਂ ਜਲਦੀ ਦੋਨੇ ਟੀਮਾਂ ਖੇਡ ਮੈਦਾਨ ਦੇ ਵਿੱਚ ਪਹੁੰਚਣ। ਬਦੋਵਾਲ ਕਬੱਡੀ ਕਲੱਬ ਲੁਧਿਆਣਾ, ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਨਕੋਦਰ, ਜਲਦੀ ਤੋਂ ਜਲਦੀ ਦੋਨੇ ਟੀਮਾਂ ਖੇਡ ਮੈਦਾਨ ਦੇ ਵਿੱਚ ਆ ਜਾਣ। ਅਗਲਾ ਮੈਚ ਖੇਡਿਆ ਜਾਵੇਗਾ ਦੋਨੇ ਟੀਮਾਂ ਦੇ ਵਿਚਕਾਰ। ਇੱਧਰ ਪਿੰਡਾ ਕਲਾਰਾਂ ਦੀ ਧਰਤੀ ਦਾ ਪਾਉਂਦਾ ਹੋਇਆ ਕਬੱਡੀ, ਮਾਰਦਾ ਹੋਇਆ ਨਾ ਲਾ ਕੇ ਨੌਜਵਾਨ ਦੇਖੋ ਸਾਹਮਣੇ ਪੱਜਾ ਜਾਂਦਾ, ਹੰਦਿਆ ਵੱਲੋਂ ਇੱਕ ਅੰਕ ਦਾ ਵਾਧਾ ਕਰ ਗਿਆ ਆਪਣੀ ਟੀਮ ਦੇ ਲਈ। ਚੱਲ ਬਈ ਨੌਜਵਾਨਾਂ ਪਾ ਕਬੱਡੀ, ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਈ ਹੋਈ ਨੌਜਵਾਨ ਨੇ,
ਕੇ ਮਿਹਨਤ ਦਾ ਮੁੱਲ ਮਿਲਦਾ ਪੂਰਾ, ਸੁਪਨਾ ਕੋਈ ਨਾ ਰਹੇ ਅਧੂਰਾ, ਮਨ ਮਾਰ ਜਿਨ੍ਹਾਂ ਮਿਹਨਤ ਕੀਤੀ ਉਹੀ ਗਬਰੂ ਲੁੱਟਣ ਨਜ਼ਾਰੇ, ਕਬੱਡੀ ਕੋਹੇ ਨੂਰ ਹੋ ਗਈ, ਇਹਨੂੰ ਕੋਈ ਕੌਡੀ ਨਾ ਜਾਣੇ, ਕਬੱਡੀ ਕੋਹੇ ਨੂਰ ਹੋ ਗਈ। ਲਓ ਇੱਕ ਪਾਸੇ ਦਿਸ਼ਾ ਆ ਨਵਾਂ ਪਿੰਡ ਖਾਲੇ ਵਾਲ ਦੀ ਧਰਤੀ ਦਾ, ਪਰ ਦੂਜੇ ਪਾਸੇ ਕਹਿੰਦੇ ਬਈ ਪੱਤਰਕਲਾ ਦੀ ਧਰਤੀ ਦਾ ਇਹ ਨੌਜਵਾਨ ਆਪਣੀ ਟੀਮ ਦੇ ਵਾਸਤੇ ਇੱਕ ਅੰਕ ਜੋੜਦਾ ਹੋਇਆ। ਲਓ ਜੀ ਬੱਦੋਵਾਲ ਦੀ ਟੀਮ ਹੈ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪੁੱਜ ਗਈ ਹੈ। ਅਗਲਾ ਮੈਚ ਬੱਦੋਵਾਲ ਅਤੇ ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਨਕੋਦਰ ਦੋਨੇ ਟੀਮਾਂ ਦੇ ਵਿੱਚ ਕੱਲ੍ਹ ਖੇਡਿਆ ਜਾਵੇਗਾ। ਮੈਂ ਬੇਨਤੀ ਕਰਦਾ ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਦੀ ਟੀਮ ਖੇਡ ਮੈਦਾਨ ਦੇ ਵਿੱਚ ਪੁੱਜ ਜਾਵੇ। ਖੇਤਰ ਪਚਿੱਤਰ ਇੱਕ ਅੰਕ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ। ਇਹਦੇ ਨਾਲ ਹੀ ਮੈਚ ਦਾ ਸਮਾਂ ਸਮਾਪਤ ਹੋ ਗਿਆ। ਕਿਹੜੀ ਟੀਮ ਜੇਤੂ ਰਹੀ ਅੰਕਾਂ ਦਾ ਵੇਰਵਾ ਸਾਂਝਾ ਕਰਦੇ ਹੈ। ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਨਕੋਦਰ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਪੁੱਜ ਜਾਵੇ। ਕੁਲਾਰਾਂ ਦੀ ਟੀਮ ਦੇ 28 ਨੰਬਰ, ਪੱਤਰਕਲਾਂ ਦੀ ਟੀਮ ਦੇ 24 ਨੰਬਰ ਰਹੇ ਨੇ। ਕੁਲਾਰਾਂ ਦੀ ਟੀਮ ਜਿਹੜੀ ਹੈ ਇਸ ਮੈਚ ਦੇ ਵਿੱਚ ਜੇਤੂ ਰਹੀ ਹੈ, ਨੋਟ ਕਰੋ ਜੀ। ਅੱਜ ਮੈਚ ਸ਼ੁਰੂ ਹੋਣ ਜਾ ਰਿਹਾ ਬੱਦੋਵਾਲ ਕਲੱਬ ਲੁਧਿਆਣਾ ਵਰਸਿਜ਼ ਬਾਬਾ ਮੁਰਾਦ ਸ਼ਾਹ ਕਲੱਬ ਨਕੋਦਰ। ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਪਹੁੰਚ ਜਾਣਾ। ਇੱਕ ਤਾਂ ਅਮਰੀਕਾ ਟੀਮ ਪਹੁੰਚ ਗਈ ਆ, ਦੂਸਰੀ ਟੀਮ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਪਹੁੰਚ ਜਾਵੇ। ਉਸ ਤੋਂ ਅਗਲਾ ਮੈਚ ਗੁਰੂ ਨਾਨਕ ਕਲੱਬ ਨਵਾਜੀ ਪੁਰ ਵਰਸਿਜ਼ ਅਵਾਣਾ ਕਲੱਬ ਜੋ ਗੁਰਦਾਸਪੁਰ ਤੋਂ ਆਇਆ, ਉਹਨਾਂ ਦਾ ਅਗਲਾ ਮੈਚ ਹੈ। ਔਰ ਇਹਨਾਂ ਟੀਮਾਂ ਨੂੰ ਬੇਨਤੀ ਹੈ ਕਿ ਵੇਟ ਨਾ ਕਰਾਉਣ, ਤਿਆਰ ਰਹਿਣ, ਜਦੋਂ ਮੈਚ ਸਮਾਪਤ ਹੋਵੇ ਤਾਂ ਦੂਸਰੀ ਟੀਮ ਨਾਲ ਹੀ ਗਰਾਊਂਡ ਦੇ ਵਿੱਚ ਐਂਟਰ ਕਰ ਜਾਵੇ। ਡੈਡੀ ਪਿਨਾਸ਼ੀ ਕੀ ਦੁਕਾਨ ਹੈ।
ਤੁਹਾਨੂੰ